मार्केट चलिए आज की करना मार्केट समान लेके आना ही मेकअप दा। मेकअप दा समान की करना यार, नाले तू कड़ा कितने जाना हुंदा घरे ते रहना है, जे कि बंदे ने बाहर जाना हो चल ले ले तो घर कोई आ ही जाता, बाहर नहीं जाना ते नवा नवा व्याह होया वा, मेकअप करना तो जरूरी है ना। चलिए आज चल ठीक है, देखता मैं दसदा ठीक है। मम्मी जी हाँ 1000 रुपया दियो मैनू। की करना 1000 रुपया तू? कुछ नहीं, वो संदीप कहन दी मेकअप का समान खत्म हो गया, लिया के देना उन्हें। तो मेकअप का खत्म होया तो लिया के दे उन्हें, साढ़े को पैसे लेके लिया के देना तू। तेनू क्या ही ना तेरा विआह तां ही कीता भी अपनी जिम्मेवारी आप संभालनी, तो अपना खर्चा आप करना। तो हूँ तुम्हें भी पता वा मेरी कड़ी कितनी नौकरी लगी आ, ਨਾਲੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਮੈਨੂੰ ਪੈਰਾਂ ਤੇ ਸਟੈਂਡ ਹੋ ਲੈਣ ਦੋ ਫਿਰ ਵਿਆਹ ਕਰਿਓ। ਤੇ ਜਿਹੜੀ 5-7 ਹਜ਼ਾਰ ਦੀ ਮਿਲਦੀ ਉਹ ਕਰ ਲੈਂਦਾ, ਕਿਉਂ ਨਹੀਂ ਕੀਤੀ? 2-3 ਜਗ੍ਹਾ ਨੂੰ ਦਿੱਤਾ ਜਾ ਟੈਸਟ ਸਰਕਾਰੀ ਨੌਕਰੀ ਦਾ, ਤੁਹਾਡੇ ਸਾਹਮਣੇ ਲੱਗਾ ਤੇ ਇਹਨਾਂ ਦਿਨ ਰਾਤ। ਸਰਕਾਰੀ ਦਾ ਹੁਣ ਕਦੋਂ ਹੋਣਾ ਤੇਰਾ ਤੇ ਕਦੋਂ ਨਹੀਂ ਹੋਣਾ, ਚੱਲ ਪ੍ਰਾਈਵੇਟ ਕਿਤੇ ਕਰ ਲਾ ਖਰਚਾ ਤੇ ਆਪਣਾ ਚੁੱਕ, ਤਾਂ ਜੇ ਤੇਰਾ ਵਿਆਹ ਕੀਤਾ ਸੀ ਤੇ ਆਪਣਾ ਖਰਚਾ ਆਪ ਨਿਭਾਵੀਂ, ਜਾਂ ਉਹਨੂੰ ਕੋਈ ਬਹਾਨਾ ਲਾ ਤੇ ਜਾਂ ਉਹਨੂੰ ਕੋਈ ਲਿਆ ਕੇ ਦੇ ਆਪਣੇ ਕੋਲੋਂ, ਸਾਡੇ ਕੋਲ ਨਹੀਂ ਹੈਗਾ 1000। ਥੋੜੇ ਬਹੁਤ ਦੇ ਦਿਓ ਹੁਣ। ਮੇਰੇ ਕੋਲ ਹੈ ਨਹੀਂ ਕੋਈ ਵੀ ਪੈਸਾ, ਜਾਂ ਮੈਨੂੰ ਕੰਮ ਕਰਨ ਦੇ, ਪਰੇਸ਼ਾਨ ਨਾ ਕਰ ਮੈਨੂੰ। ਇਹੋ ਸਤਾ ਤੇਰਾ ਪਹਿਲਾਂ ਹੀ ਇਹੋ ਹੀ, ਹੁਣ ਫੇਰ ਸਾਨੂੰ ਤੂੰ ਪਾ ਛੱਡਣਾ ਵਾ। ਤੁਸੀਂ ਦੱਸਿਆ ਨਹੀਂ ਫਿਰ ਮਾਰਕੀਟ ਜਾਣ ਵਾਲੋ, ਚਲ ਚੱਲੀਏ, ਸਮਾਂ ਪੈ ਗਈਆਂ ਵਾ, ਉਹਨੇ ਉਹਨੇ ਫਿਰ ਰਾਤ ਹੋ ਜਾਣੀ ਆ। ਚਲੋ ਸੰਦੀਪ ਜਾਇਆ ਨਹੀਂ ਜਾਣਾ ਯਾਰ ਸੱਚ। ਕਿਉਂ ਹੁਣ ਕੀ ਆ? ਯਾਰ ਮੇਰੇ ਨਾ ਦੋਸਤ ਦਾ ਫੋਨ ਆ ਗਿਆ ਸੀਗਾ ਇੱਕ, ਅਤੇ ਉਹਦਾ ਜਨਮ ਦਿਨ ਸੀਗਾ ਅਤੇ ਉਹਦੀ ਬਰਥਡੇ ਪਾਰਟੀ 'ਤੇ ਜਾਣਾ ਪੈ ਗਿਆ ਮੈਨੂੰ ਜ਼ਰੂਰੀ, ਅਤੇ ਮੈਂ ਤਾਂ ਹੀ ਸਕੂਟੀ ਸਾਫ਼ ਕਰਨ ਡਿਆ, ਮੈਂ ਕਿਹਾ ਚੱਲ ਹੋਰ ਨਾ ਉੱਥੋਂ। ਅੱਛਾ ਚਲੋ ਕੋਈ ਗੱਲ ਨਹੀਂ, ਫਿਰ ਕੱਲ੍ਹ ਚੱਲ ਜਾਂਗੇ। ਕੱਲ੍ਹ ਨੂੰ ਵੀ ਨਹੀਂ ਯਾਰ ਜਾਇਆ ਜਾਣਾ, ਕੱਲ੍ਹ ਤਾਂ ਸੱਚ ਮੈਂ ਚੰਡੀਗੜ੍ਹ ਜਾਣਾ ਆ ਉਹ ਬਦਲੀ ਦੇ ਚੱਕਰ ਵਿੱਚ। ਚਲੋ ਕੋਈ ਗੱਲ ਨਹੀਂ ਫਿਰ, ਕੋਈ ਗੱਲ ਨਹੀਂ ਫਿਰ ਹਾਂ ਲਿਆਵਾਂਗੇ 1-2 ਦਿਨ ਤੱਕ। ਹਾਂਜੀ ਮੁੰਡਿਆ ਸੌਂ ਗਏ ਜੇ? ਨਹੀਂ ਜਾਗਦੇ ਹੀ ਆ। ਅੱਛਾ ਤੇਰੀ ਭੂਆ ਦਾ ਨਾ ਫੋਨ ਆਇਆ ਸੀਗਾ। ਅੱਛਾ ਦਿੱਲੀਓ, ਤੇ ਉਹ ਕਹਿੰਦੇ ਵੀ ਮੁੰਡੇ ਦਾ ਵਿਆਹ ਰੱਖ ਲਿਆ ਵਾ, ਤੇ ਥੋੜੇ ਦਿਨਾਂ 'ਚ ਹੀ ਰੱਖ ਲਿਆ ਉਹਨਾਂ ਨੇ, ਤੇ ਕਾਰਡ ਦੇਣ ਵੀ ਨਹੀਂ ਕਹਿੰਦੇ ਆਇਆ ਜਾਣਾ ਸਾਡੇ ਕੋਲ। ਅੱਛਾ ਤੇ ਤੁਸੀਂ ਦੋਵੇਂ ਚੱਲ ਜਿਓ ਫਿਰ, ਅਸੀਂ ਕਿੱਥੇ ਜਾਂਦੇ ਰਵਾਂਗੇ, ਠੰਡ ਬੜੀ ਆ। ਚਲੋ ਕੋਈ ਗੱਲ ਨਹੀਂ ਚੱਲ ਜਾਂਗੇ, ਅਸੀਂ ਦੋਵੇਂ ਚੱਲ ਜਾਂਗੇ ਫਿਰ। ਚੱਲ ਚੰਗਾ ਫਿਰ, ਠੀਕ ਆ। ਹੋ ਗਏ ਜੇ ਤਿਆਰ? ਹਾਂਜੀ ਹਾਂ, ਸੰਦੀਪ ਤਾਂ ਰੈਡੀ ਆ ਤੇ ਮੈਂ ਬਸ ਆ ਪੱਗ ਬੰਨਣੀ ਆ। ਅੱਛਾ ਆ ਲੈ 5000, 2000 ਤੁਹਾਡਾ ਕਿਰਾਇਆ ਲੱਗ ਜਾਣਾ, ਤੇ 2000 ਉੱਥੇ ਸਗਨ ਦੇ ਦਿਓ, ਤੇ 1000 ਰੁਪਇਆ ਤੁਹਾਡਾ ਖਰਚਾ ਖੁਰਚਾ। ਚਲੋ ਠੀਕ, ਚਲ ਤਿਆਰ ਹੋ ਕੇ ਤੇ ਜਲਦੀ ਨਿਕਲੋ ਫਿਰ। ਹਾਂਜੀ ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ, ਤੈਨੂੰ ਕੀ ਹੋਇਆ ਵਾ, ਲੰਗਾ ਕੇ ਤੁਰਨ ਡਈ ਆ? ਸੱਟ ਲੱਗ ਗਈ ਪੈਰ ਤੇ। ਕੋਈ ਨਹੀਂ, ਉਹ ਟ੍ਰੇਨ 'ਚ ਉਤਰਨ ਲੱਗਿਆ ਤੇ ਭੀੜ ਬੜੀ ਸੀ ਤੇ ਉੱਥੇ ਡਿੱਗ ਪਈ, ਇਦਾਂ ਕਿ ਇਹਨਾਂ ਧੱਕਾ ਮਾਰਦਾ ਘਰੇ। ਜ਼ਿਆਦਾ ਤਾਂ ਲੱਗੀ ਪੈਰ ਨੂੰ ਸੱਟ? ਜ਼ਿਆਦਾ ਹੀ ਮੰਮੀ ਜੀ, ਪੈਰ ਦੁਖਣ ਡਿਆ ਹੁਣ ਮੇਰਾ। ਮੋਜ ਮੋਜ ਆਈ ਹੋਣੀ ਮਾੜੀ ਮੋਟੀ, ਹੋਰ ਇੱਥੇ ਕੀ ਹੋ ਗਿਆ ਹੋਣਾ? ਨਹੀਂ ਮੈਂ ਤਾਂ ਬੂਟ ਬੜੀ ਮੁਸ਼ਕਿਲ ਪਾਇਆ ਵਾ। ਜਾਂ ਅੰਦਰ ਉੱਥੇ ਟਿਊਬ ਪਈ ਹੋਣੀ, ਉਹ ਮਲ ਲਾ ਜਰੀ ਕੋ। ਨਹੀਂ ਮੰਮੀ ਜੀ, ਮੈਨੂੰ ਨਹੀਂ ਲੱਗਦਾ ਟਿਊਬ ਨਾਲ ਠੀਕ ਹੋਊਗਾ, ਆਪਾਂ ਡਾਕਟਰ ਕੋਲ ਦਵਾਈ ਲੈ ਆਉਣਾ ਹੈ। ਮਲ ਕੇ ਮਾੜਾ ਜਿਹਾ ਪੱਟੀ 'ਤੇ ਬਲੇਟ ਲਾ ਜਾ ਕੇ। ਲਿਆ ਮੈਂ ਲੈ ਜਾ। ਨਹੀਂ ਬੈਠਾ ਤੇ ਕੋਈ ਨਹੀਂ, ਮੈਂ ਚੱਲ ਜਾਂਦੀ। ਚੱਲ ਮੈਂ ਵੇਖ ਕੇ ਦਿਨਾਂ ਲੱਭ ਕੇ, ਤੁਹਾਡੇ ਰੂਮ 'ਚ ਪਈ ਆ? ਆਹੋ ਉੱਥੇ ਪਈ ਆ ਮੰਮੀ ਜੀ।
ਉਹ ਸੰਦੀਪ ਕਹਿਣ ਦੀ ਆ ਟਿਊਬ ਟਾਰ ਵੀ ਮਲਣੀ ਤੇ ਡਾਕਟਰ ਕੋ ਜਾਣਾ ਵਾ ਦਰਦ ਜ਼ਿਆਦਾ ਹੋਣ ਦੀ ਆ ਤੇ ਲੈ ਜਾ ਫਿਰ ਡਾਕਟਰ ਕੋ ਡਾਕਟਰ ਕੋ ਮੈਂ ਕਿੱਦਾਂ ਲੈ ਜਾ ਪੈਸਾ ਕੋਈ ਹੋਊਗਾ ਤੇ ਲੈ ਕੇ ਜਾਊਂਗਾ ਮੈਂ ਕਿਤੋਂ ਦੇਣ ਦਵਾਂ 1000 ਆਪਣੇ ਕਮਾ ਤੇ ਵਰਤ ਤੈਨੂੰ ਕਿਹਾ ਸੀ ਨਾ ਆਪਣੀ ਜ਼ਿੰਮੇਵਾਰੀ ਸਮਝੀ ਹੁਣ ਨਾ ਤੂੰ ਕੋਈ ਕਮਾਉਣਾ ਤੇ ਵਰਤਣਾ ਕਿੱਥੋਂ ਮੰਗਣ ਮੰਗਣ ਹਟ ਕੋ ਤੁਰਿਆ ਰਹਿਣਾ ਦਿਓ 1000 ਦਿਓ 2000 ਆਪਣੀ ਕੋਈ ਨੌਕਰੀ ਨਾਗਰੀ ਲੱਭ ਤੇ ਜਾ ਕੇ ਕਰ ਆਪਣਾ ਕੰਮ ਨੌਕਰੀ ਲੱਭ ਮੰਮੀ ਜੀ ਇਹ ਕਿੱਦਾਂ ਗੱਲ ਕਰਦੇ ਤੁਸੀਂ ਨੌਕਰੀ ਉਹ ਕਰਦੇ ਤਾਂ ਹੈਗੇ ਨੇ ਉਹ ਤੁਹਾਨੂੰ ਬਦਲੀ ਕਰਕੇ ਬੈਠੇ ਹੋਏ ਨੇ ਇੱਥੇ ਬਦਲੀ ਕਰਕੇ ਨਹੀਂ ਬੈਠਾ ਛੱਡਤੀ ਇਹਨੇ ਨੌਕਰੀ ਵਿਹਲਾ ਬੈਠਾ ਹੁਣ ਘਰ ਤੁਸੀਂ ਮੈਨੂੰ ਦੱਸਿਆ ਕਿਉਂ ਨਹੀਂ ਕਿ ਮੈਂ ਨੌਕਰੀ ਨਹੀਂ ਕਰਦਾ ਹੈਗਾ ਤੁਸੀਂ ਕਹਿੰਦੇ ਮੈਂ ਸਰਕਾਰੀ ਨੌਕਰੀ ਕਰਦਾ ਡਿਊਟੀ ਦੂਰ ਆ ਮੇਰੀ ਤਾਂ ਤਾਂ ਕਰਕੇ ਛੁੱਟੀਆਂ ਲਈਆਂ ਮੈਂ ਮੰਮੀ ਆਖਾਂ ਮੰਮੀ ਕੋਲ ਪੈਸੇ ਕਿਉਂ ਮੰਗਦੇ ਰਹਿੰਦੇ ਨੇ ਉਦੋਂ ਦਿੱਲੀ ਗਏ ਉਦੋਂ ਵੀ ਮੰਮੀ ਨੇ ਪੈਸੇ ਦਿੱਤੇ ਗਿਣ ਕੇ ਇੱਕ ਦਿਨ ਮਾਰਕੀਟ ਜਾਣ ਲੱਗਿਆ ਉਦੋਂ ਵੀ ਤੁਸੀਂ ਬਹਾਨਾ ਮਾਰਤਾ ਸੀ ਪੈਸੇ ਕਰਕੇ ਨਾ ਪੈਸੇ ਹੋਣ ਕੋਲ ਤਾਂ ਫਿਰ ਹੀ ਜਾਈਏ ਮਾਰਕੀਟ ਨਾ ਕਰੀ ਕਿਤੇ ਘੁੰਮਾਉਣ ਲੈ ਕੇ ਗਏ ਬੰਦਾ ਆਪਣਾ ਕਮਾਉਂਦਾ ਹੈ ਨਾ ਤਾਂ ਆਪਣੇ ਹਿਸਾਬ ਨਾਲ ਖਰਚਾ ਕਰਦਾ ਵਾ ਮਾਂ ਪਿਓ ਕੋਲ ਨਹੀਂ ਮੰਗਣ ਤੁਰਿਆ ਰਹਿੰਦਾ ਜਦੋਂ ਇੱਕ ਮੰਮੀ ਕੋਲ ਮੰਗਦੇ ਰਹਿੰਦੇ ਪੈਸੇ ਸੰਦੀਪ ਯਾਰ ਤੈਨੂੰ ਗਲਤ ਫਹਿਮੀ ਹੋਈ ਆ ਮੈਂ ਤੈਨੂੰ ਸਾਰੀ ਗੱਲ ਸਮਝਾ ਦੂੰਗਾ ਕਾਹਦੀ ਗਲਤ ਫਹਿਮੀ ਹੋਈ ਆ ਆ 3 ਮਹੀਨੇ ਕੱਢ ਲਿਆ ਇੱਦਾਂ ਹੀ ਮੈਂ ਹੁਣ ਮੰਮੀ ਡੈਡੀ ਤੇ ਭਰਾ ਆਉਣਗੇ ਨਾ ਉਹਨਾਂ ਨੂੰ ਸਮਝਾਇਆ ਸਾਰੀ ਗੱਲ ਸਰਕਾਰੀ ਨੌਕਰੀ ਕਰਕੇ ਵਿਆਹ ਕਰ ਲਿਆ ਤੇ ਹੁਣ ਉਹਦਾ ਘਰ ਬੈਠੇ ਆ ਇੱਕ ਦਿਨ ਵੀ ਨਹੀਂ ਗਏ ਕਿਤੇ ਨੌਕਰੀ ਤੇ ਹੁਣ ਹੋ ਜਾਣਾ ਉਹਦੀ ਮੰਮੀ ਡੈਡੀ ਨੇ ਤੁਸੀਂ ਕਰਿਓ ਗੱਲ ਹੁਣ ਫਸਣਾ ਤੇ ਮੈਂ ਹੀ ਆ ਨਾ ਤੁਸੀਂ ਤੇ ਇੱਥੇ ਵੀ ਮੇਰੇ ਤੋਂ ਸਾਰੀ ਗੱਲ ਸੁੱਟਤੀ ਆ ਵੀ ਇਹਨੇ ਆਪ ਛੱਡੀ ਨੌਕਰੀ ਕਿਹਨੂੰ ਕੀ ਪਤਾ ਵੀ ਤੁਸੀਂ ਝੂਠ ਲਿਖਿਆ ਸੀ ਅਖਬਾਰ ਵਿੱਚ ਕਿ ਮੁੰਡਾ ਸਰਕਾਰੀ ਨੌਕਰੀ 'ਤੇ ਲੱਗਾ ਹੈ ਹੈਲੋ ਸੰਦੀਪ ਇੱਕ ਮਿੰਟ ਹਾਂਜੀ ਮੈਂ ਬਾਅਦ 'ਚ ਕਰਦੀ ਫੋਨ ਤੁਹਾਨੂੰ ਦੱਸੋ ਸੰਦੀਪ ਸੋਰੀ ਯਾਰ ਮੈਨੂੰ ਪਤਾ ਹੈ ਮੇਰੀ ਗਲਤੀ ਆ ਪਰ ਯਾਰ ਮੈਂ ਇਹ ਸਭ ਕੁਝ ਜਾਣ ਕੇ ਨਹੀਂ ਕੀਤਾ ਜਾਣ ਕੇ ਨਹੀਂ ਕੀਤਾ ਤਾਂ ਫਿਰ ਦੱਸਿਆ ਕਿਉਂ ਨਹੀਂ ਇੰਨੇ ਚਿਰ ਦਾ ਦੱਸਣਾ ਕੀ ਸੀ ਯਾਰ ਹਾਲਾਤ ਹੀ ਕੁਝ ਇੱਦਾਂ ਦੇ ਸੀ ਮੈਂ ਚਾਹ ਕੇ ਵੀ ਨਹੀਂ ਦੱਸ ਪਾਇਆ ਤੈਨੂੰ ਪਰ ਅਸਲੀ ਗੱਲ ਸੰਦੀਪ ਇਹ ਆ ਕਿ ਮੈਂ ਕਿਸੇ ਨੌਕਰੀ ਤੋਂ ਰਿਜ਼ਾਈਨ ਨਹੀਂ ਦਿੱਤਾ ਮੇਰੀ ਕੋਈ ਸਰਕਾਰੀ ਨੌਕਰੀ ਹੈਗੀ ਨਹੀਂ ਹੈਗੀ ਨਹੀਂ ਫਿਰ ਅਖਬਾਰ ਵਿੱਚ ਝੂਠ ਕਿਉਂ ਬੋਲਿਆ ਸੰਦੀਪ ਮੈਂ ਮੰਮੀ ਡੈਡੀ ਨੂੰ ਕਈ ਵਾਰੀ ਕਹਿੰਦਾ ਰਿਹਾ ਮੈਨੂੰ ਆਪਣੇ ਪੈਰਾਂ 'ਤੇ ਸਟੈਂਡ ਹੋ ਲੈਣ ਦਿਓ ਫਿਰ ਮੇਰਾ ਰਿਸ਼ਤਾ ਕਰਿਓ ਪਰ ਮੰਮੀ ਡੈਡੀ ਨੇ ਝੂਠ ਅਖਬਾਰ ਵਿੱਚ ਲਿਖ ਦਿੱਤਾ ਕਿ ਮੁੰਡੇ ਦੀ ਸਰਕਾਰੀ ਨੌਕਰੀ ਆ ਮੇਰਾ ਇਕੱਲੇ ਦਾ ਕਸੂਰ ਨਹੀਂ ਆ ਸੰਦੀਪ ਫਿਰ ਮੇਰਾ ਕਸੂਰ ਕੀ ਆ ਤੁਸੀਂ ਮੈਨੂੰ ਨਹੀਂ ਦੱਸਿਆ ਹੈਗਾ ਇੰਨੇ ਚਿਰ ਦੀ ਮੈਨੂੰ ਧੋਖੇ ਵਿੱਚ ਰੱਖਿਆ ਯਾਰ ਉਹਦੇ ਵਾਸਤੇ ਮੈਂ ਤੇਰੇ ਕੋਲ ਮਾਫ਼ੀ ਮੰਗਦਾ ਇਸ ਤੋਂ ਵੱਧ ਕਦੇ ਮੈਂ ਹੋਰ ਕੁਛ ਨਹੀਂ ਕਰ ਸਕਦਾ ਤੈਨੂੰ ਪਤਾ ਮੇਰਾ ਜਦੋਂ ਫੋਨ ਗਵਾਚ ਗਿਆ ਸੀ ਮੇਰਾ ਫੋਨ ਗਵਾਚਿਆ ਨਹੀਂ ਮੈਂ ਸੇਲ ਕੀਤਾ ਸੀਗਾ ਤੇਰਾ ਮੇਕਅਪ ਦਾ ਸਮਾਨ ਲਿਆਉਣ ਵਾਸਤੇ ਮੰਮੀ ਹੋਣੀ ਤਾਂ ਮੈਨੂੰ ਹਰ ਵਾਰੀ ਦੀ ਤਰ੍ਹਾਂ ਇੱਕ ਵੀ ਪੈਸੇ ਤੋਂ ਮਨਾ ਕਰ ਦਿੰਦੇ ਸੀ ਜਿਹੜਾ ਤੇਰੇ 'ਤੇ ਖਰਚਣਾ ਹੁੰਦਾ ਸੀ ਪਰ ਮੈਂ ਆਪਣਾ ਫੋਨ ਵੇਚਤਾ ਆਖਿਰ ਮੇਰੀ ਜ਼ਿੰਮੇਵਾਰੀ ਆ ਨਾ ਤੂੰ ਮੰਮੀ ਹੋਣਾ ਦੀ ਥੋੜ੍ਹੀ ਆ ਬਾਕੀ ਫਿਰ ਵੀ ਤੂੰ ਮੈਨੂੰ ਜੋ ਸਜ਼ਾ ਦੇਣੀ ਚਾਹੁੰਦੀ ਆ ਦੇ ਸਕਦੀ ਆ ਜੇ ਤੈਨੂੰ ਮੇਰੇ 'ਤੇ 1% ਵਿਸ਼ਵਾਸ ਹੈਗਾ ਨਾ ਤੇ ਤੂੰ ਮੇਰੇ ਨਾਲ ਰਹਿ ਸਕਦੀ ਆ ਤੇ ਜੇ ਤੇਰਾ ਮਨ ਕਰਦਾ ਆ ਤੇ ਤੂੰ ਜਾ ਸਕਦੀ ਆ ਤੇਰੀ ਮਰਜ਼ੀ ਆ ਸੰਦੀਪ ਪਰ ਮੈਂ ਪ੍ਰੋਮਿਸ ਕਰਦਾ ਕਿ ਅੱਗੇ ਤੋਂ ਕਦੀ ਵੀ ਝੂਠ ਨਹੀਂ ਬੋਲੂੰਗਾ ਚਾਹੇ ਕੁਝ ਵੀ ਹੋ ਜਾਏ ਅੱਗੇ ਤੋਂ ਹੀ ਕੋਈ ਇਹੋ ਜਿਹੀ ਮਜਬੂਰੀ ਆ ਗਈ ਫਿਰ ਯਾਰ ਮੈਂ ਕਿਹਾ ਨਾ ਕੁਝ ਵੀ ਹੋ ਜਾਏ ਚਾਹੇ ਕੁਝ ਵੀ ਸੰਦੀਪ ਹੁਣ ਤੈਨੂੰ ਮੈਂ ਸਹੀ ਗੱਲ ਦੱਸਦੀ ਆ ਯਾਰ
बाकी अगे तेरा डिसीजन है, तू की करना है। चलो ठीक है, पक्का कभी झूठ नहीं बोलोगे ना? प्रॉमिस। उन्हें संदीप नु पता लग गया सारा। कहदा पता लग गया? एदी नौकरी है नहीं गी, वेला ही है। हां वो किने दाता संदीप नु दसिया? किसी ने नहीं गा, उन्हें आपे ही पता लग गया। घर च जदों गल्लां बातां हुंदियां तो उन्हें पता लगना नहीं ओह कड़ी न्याणी है। ਇਹ ਤਾਂ ਬੜਾ ਕੰਮ ਖਰਾਬ ਹੋਇਆ ਫਿਰ। ਕੰਮ ਬਹੁਤਾ ਹੀ ਖਰਾਬ ਹੋਇਆ, ਹੁਣ ਕੀ ਕਰਨਾ ਫਿਰ? ਆਹੋ ਇਹ ਤਾਂ ਉਹਨੂੰ ਪਤਾ ਲੱਗਾ, ਜਦੋਂ ਉਹਦੇ ਘਰਦਿਆਂ ਨੂੰ ਪਤਾ ਲੱਗਾ ਫਿਰ ਕੀ ਹੋ? ਘਰਦਿਆਂ ਨੂੰ ਪਤਾ ਲੱਗਣਾ, ਉਹ ਤਾਂ ਭੱਜ ਗਈ ਸੀ ਗੁੱਸੇ ਨਾਲ ਉੱਠ ਕੇ, ਵੀ ਮੈਂ ਲੱਗੀ ਫੋਨ ਕਰਨ ਆਪਣੇ ਪਿਓ ਨੂੰ ਤੇ ਭਰਾ ਨੂੰ। ਹਾਂ ਹੁਣ ਜੇ ਆ ਗਏ ਤੇ ਫਿਰ ਕੰਮ ਵੱਧ ਜੂਗਾ, ਫਿਰ ਕੀ ਕਰਾਂਗੇ? ਕਿੱਦਾਂ ਹੋ ਫਿਰ? ਮੈਂ ਤਾਂ ਇਹ ਸੋਚਿਆ ਇਹਨਾਂ ਨੂੰ ਵੱਖਰੇ ਕਰ ਦਈਏ। ਵੱਖਰੇ ਕਰਾਂ ਕਿ ਕੀ ਹੋਊਗਾ? ਵੱਖਰੇ ਕਰਿਆ ਵੱਖਰੇ ਕਰਿਆਂ ਕੀ ਹੋਣਾ ਵਾ? ਕੱਲ ਨੂੰ ਕੋਈ ਗੱਲਬਾਤ ਕਰਨਗੇ, ਕੋਈ ਪੁਲਿਸ ਵਾਲੇ ਲੈ ਆਉਣਗੇ, ਪੰਚਾਇਤ ਲੈ ਆਉਣਗੇ, ਫਿਰ ਸਾਡੇ ਸਿਰ ਤੇ ਗਲਤ ਨਾ ਕੋਈ ਆਊਗੀ, ਫਿਰ ਆਪੇ ਇਹਨਾਂ ਦੇ ਆਪੇ ਕਰਨਗੇ ਜੇ ਵੱਖਰੇ ਅਸੀਂ ਕਰਦਾਂਗੇ। ਆਹ ਗੱਲ ਤੇ ਤੇਰੀ ਸਹੀ ਆ, ਅੱਡ ਹੀ ਕਰਨਾ ਠੀਕ ਰਹੂਗਾ। ਆਹੋ ਫਿਰ ਆਪੇ ਅੱਡ ਹੋ ਜੂਗਾ ਤੇ ਕੋਈ ਗੱਲਬਾਤ ਹੋਊਗੀ ਤੇ ਆਪੇ ਫਿਰ ਵੇਖੀ ਜਾਊਗੀ, ਮੁੰਡਾ ਸੰਭਾਲੂਗਾ ਆਪਣਾ ਕੰਮ। ਆਹੋ ਫਿਰ ਅਸੀਂ ਤੇ ਨਿਕਲ ਜਾਵਾਂਗੇ ਨਾ ਵਿੱਚੋਂ। ਚੱਲ ਠੀਕ ਆ, ਫਿਰ ਉਹਨਾਂ ਨੂੰ ਕਹਿ ਦਿੰਦੇ ਵੀ ਆਪਣਾ ਕਿਰਾਏ ਤੇ ਕਮਰਾ ਵੇਖੋ ਤੇ ਆਪਣਾ ਅਲੱਗ ਰਹੋ, ਕਮਾਓ ਤੇ ਖਾਓ। ਆਹੋ ਚਲੋ ਠੀਕ ਆ। ਕਿਰਾਏ ਤੇ ਕਮਰਾ? ਇੱਥੇ ਏਡਾ ਵੱਡਾ ਘਰ ਹੈ ਤੇ ਕਿਰਾਏ ਤੇ ਕਮਰਾ ਕਾਹਦੀ ਦੇਖਣਾ ਹੈ? ਹਾਂਜੀ ਉਹ ਮੈਂ ਤਾਂ ਕਹਿਣ ਡਈ ਵੀ ਕਿ ਸ਼ਹਿਰ 'ਚ ਵੇਖ ਲਾ, ਸ਼ਹਿਰ 'ਚ ਨਾਲੇ ਕੋਈ ਕੰਮ ਕੁੰਮ ਤੈਨੂੰ ਮਿਲ ਜੂਗਾ, ਇੱਥੇ ਤੈਨੂੰ 5,000 ਮਿਲਦਾ ਸਾਰਾ। ਆਹੋ ਨਾਲੇ ਉੱਥੇ ਤੈਨੂੰ ਵੱਡੇ ਸ਼ਹਿਰ ਦੇ ਵਿੱਚ 15,000-20,000 ਤਨਖਾਹ ਮਿਲ ਜਾਂਦੀ ਹੈ, ਤੇਰਾ ਗੁਜ਼ਾਰਾ ਹੋ ਜਾਊਗਾ। ਇੱਥੇ 5,000 ਨਾ ਕੀ ਬਣਦਾ? ਨਾਲੇ ਸ਼ਹਿਰਾਂ 'ਚ ਵੀ ਫਾਇਦੇ ਹੁੰਦੇ, ਕੰਮ ਲੱਭ ਹੀ ਜਾਂਦਾ ਸ਼ਹਿਰਾਂ 'ਚ, ਤੇ ਸ਼ਹਿਰ 'ਚ ਉੱਥੇ ਉਹਨਾਂ ਰਹਿਣ ਦਾ ਵੀ ਤਾਂ ਖਰਚਾ ਆ ਹੀ ਜਾਣਾ ਵਾ, ਗੱਲ ਤਾਂ ਫਿਰ ਉਹ ਹੀ 5,000 ਹੀ ਬਚਣਾ, ਗੁਜ਼ਾਰਾ ਤਾਂ ਹੋ ਹੀ ਜਾਣਾ ਵਾ, ਥੋੜ੍ਹਾ ਖਰਚਾ ਕੰਟਰੋਲ ਨਾ ਕਰ ਲਈ ਨਾ। ਚਲੋ ਕੋਈ ਗੱਲ ਨਹੀਂ, ਅਸੀਂ ਰਹਿ ਲਾਂਗੇ ਵੱਡੇ ਸ਼ਹਿਰ 'ਚ, ਨਾਲ ਕੀ ਤਾਂ ਨੌਕਰੀ ਵਧੀਆ ਮਿਲ ਜਾਵੇ ਉੱਥੇ ਕੋਈ। ਨਾ ਚੱਲ ਵੇਖ ਲਓ, ਉੱਥੇ ਵੇਖ ਲਾ ਆਪਣਾ ਕਿਰਾਇਆ ਕਰਾਇਆ ਅਤੇ ਕਮਰਾ ਕੋਈ, ਅਤੇ ਉੱਥੇ ਕੰਮ ਕਾਰ ਕੋਈ ਲੱਭ ਕੇ ਅਤੇ ਆਪਣਾ ਰਹੋ। ਹਾਂਜੀ ਕੋਈ ਨਹੀਂ ਮੈਮ ਜੀ, ਵੇਖ ਲਾਂਗੇ। ਹਾਂ ਚਲ ਠੀਕ ਆ, ਚਲੋ ਸੋਚ ਲਓ ਕੱਲ੍ਹ ਨੂੰ। ਸੰਦੀਪ? ਹਾਂਜੀ ਯਾਰ, ਤੂੰ ਕਿਉਂ ਕਹਿਤਾ ਵੀ ਸ਼ਹਿਰ 'ਚ ਰਹਿ ਲਾਂਗੇ? ਸ਼ਹਿਰ 'ਚ ਖਰਚੇ ਪਤਾ ਕਿੰਨੇ ਹੋਣੇ ਆ? ਇਹ ਨਾ ਮੰਮੀ ਤੁਹਾਡੇ ਭਲੇ ਵਾਸਤੇ ਨਹੀਂ ਕਹਿੰਦੇ ਹੈਗੇ, ਜਾਣ ਬੁੱਝ ਕੇ ਕਹਿੰਦੇ ਇਹ ਗੱਲ। ਮੈਨੂੰ ਵੀ ਉਹਨਾਂ ਨੇ ਇੱਦਾਂ ਹੀ ਕਿਹਾ ਸੀ ਨਾ ਕਿ ਤਜਿੰਦਰ ਦੀ ਬਦਲੀ ਹੋ ਜੂਗੀ ਅਤੇ ਫਿਰ ਆਪੇ ਇੱਥੇ ਰਿਹਾ ਕਰੂਗਾ, ਇਸ ਕਰਕੇ ਮੈਂ ਕਹਿਤਾ ਉਹਨਾਂ ਨੂੰ ਵੀ ਕਿ ਕੋਈ ਗੱਲ ਨਹੀਂ ਮੰਮ ਜੀ ਅਸੀਂ ਚੱਲ ਜਾਂਗੇ। ਉਹਨਾਂ ਵੀ ਹੁਣ ਦੇਖ ਲਿਆ ਕਿ ਤੁਸੀਂ ਕੋਈ ਕੰਮ ਨਹੀਂ ਜੇ ਕਰਦੇ ਹੈਗੇ। ਪਰ ਯਾਰ ਮੈਂ ਟਰਾਈ ਤਾਂ ਕਰਨੇ ਡਿਆ ਨਾ। ਚਲੋ ਕੋਈ ਗੱਲ ਨਹੀਂ, ਤੁਸੀਂ ਟੈਨਸ਼ਨ ਨਾ ਲਓ, ਆਪਾਂ ਦੋਵੇਂ ਹੈਗੇ ਨਾ, ਰਲ ਮਿਲ ਕੇ ਕਰ ਲਾਂਗੇ ਕੁਝ ਨਾ ਕੁਝ, ਠੀਕ ਆ?